ਚਾਹ ਬਣੀ ਪੀ ਹੁਣ ਖੰਨੀ ਬਾਗ ਕਿੱਧਰ ਗਿਆ, ਚਾਹ ਪੀ ਲੈਂਦਾ ਆ ਕੇ ਫਿਰ ਆ ਕੇ ਹਾਲ ਹਾਲ ਕਰੂਗਾ। ਲੈ ਇਹ ਕੰਮ ਵੀ ਬਣ ਗਿਆ, ਪਰੀ ਆੜਤੀ ਦਾ ਸਿਆਬ ਜਾ ਵੀ ਨਿਬੜਿਆ। ਕਿੱਧਰ ਫਿਰਦਾ ਡੱਕੋ ਡੋਲੇ ਜੇ ਖਾਂਦਾ? ਓਏ ਆੜਤੀ ਲਵੇ ਗਿਆ ਦੀ, ਉਹਦਾ ਸਿਆਬ ਜਾ ਨਿਬੜ ਕੇ ਉਹ ਪੈਸੇ ਜੀ ਨਹੀਂ ਫੜੇ ਦੀ। ਤੇਰਾ ਨਾ ਆੜਤੀਆ ਲੋਟ ਆਵੇ ਕਿਤੇ। ਮੇਰੀ ਗੱਲ ਸੁਣਨ ਵਾਲੇ, ਬਾਬੂ ਦਾ ਫੋਨ ਆ ਦੀ ਡਰਾਈਵਰ ਦਾ, ਮੈਂ ਟਰੱਕ ਤੇ ਜਾਣਾ। ਇੱਕ ਤਾਂ ਜਦੋਂ ਤੂੰ ਐਂ ਕਹਿੰਦਾ ਨਾ ਮੈਂ ਟਰੱਕ ਤੇ ਜਾਣਾ, ਬੜੀ ਹਾਸੀ ਜਿਹੀ ਆਉਂਦੀ ਹੈ। ਕਿਉਂ? ਮੈਨੂੰ ਐਂ ਦੱਸ ਪਹਿਲਾਂ ਤਾਂ, ਟਰੱਕ ਦੀ ਸੀਟ ਤੇ ਜਦੋਂ ਬਹਿਣਾ ਤੈਨੂੰ ਗਾਂਹ ਦਿਸ ਜਾਂਦਾ ਕੁਛ? ਉਹ ਸਾਰਾ ਕੁਛ ਦੇਖਣਾ ਪੈਂਦਾ, ਹੁਣ ਸ਼ੁਰੂ ਤੋਂ ਡਰਾਈਵਰੀ ਚ ਪਏ ਹੋਏ ਆ। ਕਰੀਏ ਮੈਂ ਕਈ ਵਾਰੀ ਸੋਚਦੀ ਹੁੰਦੀ ਆ ਇਸ ਗੱਲ ਨੂੰ। ਤੂੰ ਤਾਂ ਬਹੁਤ ਕੁਛ ਸੋਚੇਂਗੀ, ਜਦੋਂ ਬਾਪ ਮੁੱਕ ਗਿਆ ਦੀ, ਉਦੋਂ ਬਾਅਦ ਇਸੇ ਕੰਮ ਚ ਪੈ ਗਿਆ ਦੀ। ਚੱਲ 16 ਸਾਲ ਦੀ ਉਮਰ ਦੀ, ਇਮੋਸ਼ਨਲ ਜੀਆਂ ਗੱਲਾਂ ਨਾ ਕਰ ਮੇਰੇ। ਆਹੋ ਇਮੋਸ਼ਨਲ ਅਟੈਕ ਨਾ ਕਰਿਆ ਕਰ ਮੇਰੇ ਤੇ। 16 ਸਾਲ ਦੀ ਉਮਰ ਦੀ ਉਦੋਂ ਮੇਰੀ ਜਦੋਂ ਇਹ ਕੰਮ ਲੱਗ ਗਿਆ ਦੀ ਕਰਨ ਮੈਂ। ਤੇ ਉਦੋਂ ਤੂੰ ਤਾਂ ਐਡਾ ਕੁ ਹੋਵੇਂਗਾ। ਐਡਾ ਕੁ ਹੋਵੇਂਗਾ, ਚਾਹੇ ਕਿੱਡਾ ਕੁ ਹੋਵਾਂ ਮੈਂ। ਬੰਦੇ ਦਾ ਫਿਰ ਖਾਣ ਨੂੰ ਕਾਹਨੂੰ ਪੈਂਦਾ? ਮੈਂ ਤਾਂ ਤੇਰੇ ਨਾਲ ਮਜ਼ਾਕ ਨਹੀਂ, ਬੰਦੇ ਦਾ ਕੰਮ ਉਹ ਹੁੰਦਾਗਾ। ਮੈਂ ਤਾਂ ਮਜ਼ਾਕ ਕਰਦੀ ਆ ਤੇਰੇ ਨਾਲ, ਕੰਮ ਨੂੰ ਬਾਹਾਂ ਦੀ ਗੱਲ। ਹੋਰ ਮੰਤਰੀਆਂ ਨਾਲ ਰਹਿਣਾ ਜਿਹੜਾ ਤੂੰ ਮੰਤਰੀ, ਤੂੰ ਤਾਂ ਹੋਰੇ ਲੱਗ ਜਾਣੀ ਆ ਮਾਰਨ। ਹੋਰ ਕੀ ਕਰਾਂ, ਹੋਰ ਕੀ ਕਰਾਂ, ਰੋਟੀ ਰਾਟੀ ਲਾਹੀ ਆ? ਲਾਹੀ ਸੀ, ਖਾ ਲਈ। ਚੱਲ ਵਧੀਆ ਖਾ ਲਈ, ਮੈਂ ਤਾਂ ਉੱਥੇ ਖਾ ਲੂੰਗਾ ਕਿਸੇ ਹੋਟਲ ਹਾਟਲ ਤੇ। ਪਤਾ ਹੀ ਸੀ ਰਾਜ, ਸਾਡੇ ਤਾਂ ਸੜਕਾਂ ਨਾਲ ਵਾਹ ਪਿਆ ਹੋਇਆ, ਹੁਣ ਖਬਰ ਕਿੱਥੇ ਰਾਤ ਕੱਟਣੀ ਪੈ ਜੀ, ਕਿਹੜੇ ਹੋਟਲ 'ਚ ਖੜਨਾ ਪੈ ਜੀ। ਬਥੇਰੀਆਂ ਰੱਖੀਆਂ ਹੁੰਦੀਆਂ ਨੇ ਬਾਹਰ ਡਰਾਈਵਰਾਂ। ਓਹੋ, ਇਹ ਤਾਂ ਤੁਹਾਡਾ ਵਹਿਮ ਹੁੰਦਾ ਸਾਰਾ, ਸਾਰੇ ਡਰਾਈਵਰ ਇੱਕੋ ਜਿਹੇ ਨਹੀਂ ਹੁੰਦੇ। ਹੁਣ ਤੇਰੇ ਲਵੇ ਕਈ ਦਿਨ ਹੋ ਗਏ, ਫੋਨ ਆਇਆ ਕਿਸੇ ਦਾ? ਕਿਸੇ ਕੁੜੀ ਦਾ ਚਿੜੀ ਦਾ ਫੋਨ ਆਇਆ ਮੈਨੂੰ, ਐਂ ਦੱਸ। ਆਹਾ, ਕੁੜੀ ਦਾ ਚਿੜੀ ਦਾ ਫੇਰ ਨਾ, ਤਾਂ ਕੁੜੀ ਚਿੜੀ ਨੂੰ ਹੁਣ ਤੈਨੂੰ ਫੋਨ ਕਰਨਾ? ਫਿਰ ਨਾਲੇ ਤਾਂ ਸ਼ੱਕ ਕਰਦੀਆਂ, ਨਾਲੇ ਇੱਧਰ ਹੋ ਜਾਣੀਆਂ, ਨਾਲੇ ਉੱਧਰ। ਸ਼ੱਕ ਵਾਲੀਆਂ ਹੋਰ ਬਥੇਰੀਆਂ ਨੇ, ਪਤਾ ਨਹੀਂ ਲੱਗਦਾ ਕੁੜੀਆਂ ਨੂੰ ਤੇਰੇ ਵਰਗਾ ਹੋਰ ਰਾਂਝਾ ਮਿਲਦਾ ਨਹੀਂ ਕੋਈ। ਹੋਰ ਮੈਂ ਕਦੋਂ ਪਤਾ ਇਹੋ ਜਿਹੇ ਕੰਮ 'ਚ ਪੈਂਦਾ ਨਹੀਂ, ਮੈਂ ਤਾਂ ਇੱਕੇ ਨਹੀਂ ਸਮਝਦੀ, ਇਹੀ ਬਹੁਤਾ ਮੈਨੂੰ ਤਾਂ। ਹੋਰ ਉਵੇਂ ਹੋਰ ਇਹ ਕਿੱਧਰ ਵਗ ਜੂਗੀ? ਚੱਲ ਦੱਸ, ਰੋਟੀ ਖਾਣੀ ਬਣਾ ਕੇ ਦੇਵਾਂ? ਨਾ ਛੱਡ ਪਰੇ, ਜਰ ਮੈਂ ਲੇਟ ਹੋ ਜੂਗਾ। ਮੈਂ ਤਾਂ ਰਾਜੀ ਹੋਣਾ, ਤੈਨੂੰ ਦੱਸ ਕੇ ਤਾਂ ਹਟਿਆ। ਰੋਜ਼ੀ ਰੋਜ਼ ਰੋਜ਼ੀ ਰੋਜ਼, ਕਦੀ ਕਿੱਧਰ ਕਦੀ ਕਿੱਧਰ, ਬਣਾ ਟੱਕਾਂ ਦਾ। ਉਹ ਬੌਲੀਏ, ਮੇਰੀ ਗੱਲ ਸੁਣ, ਜੇ ਹੁਣ ਨਹੀਂ ਕਮਾਈ ਕਰਾਂਗੇ ਫਿਰ ਵੱਡੇ ਹੋ ਕੇ ਕਰਾਂਗੇ। ਹਜੇ ਵੱਡਾ ਹੋਰ ਹੋਵੇਂਗਾ? ਵੱਡੇ ਹੋ ਕੇ ਗਿਆ, ਵੱਡਾ ਨਹੀਂ, ਵੱਡਾ ਹੋਰ ਹੋਵੇਂਗਾ ਹਜੇ। ਓਹੋ, ਜੇ ਹੁਣ ਕਮਾਈ ਕਰਾਂਗੇ ਤਾਂ ਵੱਡੇ ਹੋ ਕੇ 4 ਰੁਪਏ ਉਹ ਕਰਾਂਗੇ, ਕੰਮ ਆ ਜਾਣਗੇ ਆਪਣੇ। ਅੱਛਾ, ਮੈਂ ਗੱਲਾਂ ਗੱਲਾਂ 'ਚ ਭੁੱਲ ਗਈ ਤੇ ਤੂੰ ਜਾਣਾ ਹੁਣ? ਤੇਰਾ ਦਿਮਾਗ ਕਿੱਥੇ ਫਿਰਦਾ ਮੈਨੂੰ ਐ ਨਹੀਂ ਸਮਝ। ਦਿਮਾਗ ਤਾਂ ਮੇਰਾ ਤੇਰੇ 'ਚ ਹੀ ਰਹਿੰਦਾ ਹਰ ਵੇਲੇ। ਮੈਂ ਤੈਨੂੰ 20 ਵਾਰ ਤਾਂ ਦੱਸਤਾ ਵੀ ਮੈਂ ਜਾਣਾ ਹੈਗਾ ਤੇਰੇ ਬਿਨਾਂ। ਬਾਬੂ ਦਾ ਫੋਨ ਆ ਦੀ ਕਹਿੰਦਾ MP ਜਾਣਾ ਗੱਡੀ ਲੈ ਕੇ। ਹਾਏ ਮੈਂ ਮਰ ਜਾ, MP ਤੂੰ ਜਾਏਗਾ? ਹੋਰ ਜਾਣਾ ਪਊਗਾ, ਐ ਨਹੀਂ ਤਾਂ ਵਾਰ ਮੈਨੂੰ ਮਹੀਨਾ ਲੱਗ ਜਾਏਗੀ। ਹਾਏ ਮੈਂ ਮਰ ਜਾ, ਹਾਏ ਮੈਂ ਮਰ ਜਾ, ਹਾਏ ਮੈਂ ਮਰ ਜਾ, ਐ ਨਹੀਂ ਰੱਬ ਜਗਦਾ। ਤੂੰ ਹੁਣ ਮਹੀਨਾ ਲਾ ਗਿਆ ਮੈਂਗਾ, ਇਹਦਾ ਲਾਉਣਾ ਪਊਗਾ ਕੰਮ, ਇਹਦਾ ਕਰਨਾ ਪਊ। ਇੱਕ ਆਇਆ ਬਈ, ਹੋਰ ਮੈਨੂੰ ਕੋਈ ਕੰਮ ਆਉਂਦਾ ਨਹੀਂ, ਇਹਦਾ ਇੱਕ ਹੀ ਡਰਾਈਵਲੀ ਆਉਂਦੀ ਆ ਬਈ, ਮੈਂ ਕੋਈ ਹੋਰ ਕੰਮ ਕਰ ਲੂੰਗਾ। ਤੂੰ ਐਂ ਕਰ, ਆਪਾਂ ਘਰੇ ਕੋਈ ਦੁਕਾਨ ਦੁਕੂਨ ਪਾ ਲੈਂਦੇ ਹਾਂ। ਦੁਕਾਨ ਕਾਹਦੀ ਪਾਏਗੀ, ਜੇ 4 ਰੁਪਏ ਬਣਾਵਾਂਗੇ ਫਿਰ ਇਹ ਦੁਕਾਨ ਪਊਗੀ। ਜੇ ਇੰਨੇ ਚਿਰਾਂ 'ਚ ਨਹੀਂ ਨਾ ਤੇਥੋਂ 4 ਰੁਪਏ ਜੁੜੇ, ਬਈ ਹੁਣ ਕਦੋਂ ਜੋੜੇਗਾ ਤੂੰ? ਓਹੋ, ਜੇ ਐਂ ਪੈਸੇ ਜੁੜਨ ਲੱਗ ਜਾਣਾ ਸਾਰੀ ਦੁਨੀਆ ਬੈਠ ਕੇ ਖਾਵੇ, ਇਹ ਤਾਂ ਆਈ ਚਲਾਈਓ ਚੱਲੀ ਜਾਵੇ, ਉਹੀ ਬਥੇਰਾ ਹੁੰਦਾ ਹੈ ਬਾਉਲੀਏ। ਹੁਣ ਮਹਿੰਗਾਈਆਂ ਦੇਖ ਲੈ ਕਿੰਨੀਆਂ ਹੋ ਰਹੀਆਂ ਨੇ। ਚੱਲ ਤੈਂ ਕਿਹੜਾ ਕੁਛ ਲੈ ਕੇ ਦੇਣਾ ਮੈਨੂੰ ਮਹਿੰਗਾਈਆਂ? ਹੋਰ ਤੈਨੂੰ ਕਦੇ ਕਾਹਨੂੰ ਕੁਛ ਲੈ ਕੇ ਦਿੱਤਾ? ਜਿੰਨੀਆਂ ਮਰਜ਼ੀ ਹੋ ਜਾਣ ਮਹਿੰਗਾਈਆਂ। 4 ਦਿਨ ਹੋਏ ਨੇ ਸੂਟ ਤਾਂ ਹੁਣ ਲਿਆ ਕੇ ਦਿੱਤਾ ਤੈਨੂੰ, 2500 ਦਾ ਸੂਟ ਆ ਇਹਦੀ। ਆਹ ਦੇਖ ਲੈ, ਆਹ ਦੇਖ ਲੈ, ਮੈਂ 2500 ਦਾ ਇੱਕ ਚਾਦਰ, ਇੱਕ ਆਹੀ ਪਾ ਲੈਣਾ ਧੋ ਕੇ। ਕਦੇ ਮੈਨੂੰ ਕਿਹਾ ਬਈ ਤੂੰ ਵੀ ਲੈ ਲਿਆ ਕਰ ਕੁਛ? ਤੇ ਨਵੇਂ ਪਾਏ ਨੇ ਤੂੰ, ਸਮਰ ਕੂਲ ਦਾ ਕੁੜਤਾ ਪਾਇਆ ਹੈ ਇੱਕ ਆ ਨਵਾਂ, ਪਤਾ ਨਹੀਂ ਕਿਵੇਂ ਪਾਣੇ। ਹੁਣ ਜਿਹੇ ਜੇ ਤੂੰ ਪਾਣੇ ਨਾ ਹੋਏ ਜੀ ਪਾਣੇ, ਹੁਣ ਮੈਂ ਤਾਂ ਕਿੱਥੋਂ ਤੈਨੂੰ ਚਾਦਰੇ ਨਾਲ ਟਾਈਆਂ ਲਾ ਦਾਂ? ਟਾਈਆਂ ਨਹੀਂ, ਕੈਫ ਵੀ ਸਕਦੀਆਂ ਹੈ।
ਵੀ ਚਾਦਰਾ ਨਵਾਂ ਲਿਆ, ਕੁੜਤਾ ਕੜਤਾ ਹੋਰ ਨਵਾਂ ਲਿਆ ਲਿਆ ਮੈਂ ਕਿਹੜਾ ਰੋਕਿਆ। ਕਦੇ ਤਾਂ ਆਪ ਕਿਹਾ ਮੂੰਹ, ਤੂੰ ਤਾਂ ਆਪ ਕਹਿ ਦੇਣੀ ਮੈਂ ਸੂਟ ਲੈ ਕਰ ਤੂੰ ਜਾ ਨਾ ਹੁਣ, ਠੀਕ ਹੈ ਲੈ ਬੌਲੀਆਂ ਗੱਲਾਂ ਤੇਰੀਆਂ ਜਾਵਾਂ ਕਿਉਂ ਨਾ ਖਰਾਬ ਕਰੀ ਫਿਰਦਾ ਜਾ ਨਾ ਹੁਣ ਤੂੰ ਚੱਲ ਤੇ ਦੇਰੀ ਕਰਦੀ ਮੇਰੀ ਹੈ ਵੀ ਆ ਕਿਹਦਾ ਨਾਮ ਲਿਖਾਇ ਬੈਠਾ ਵੀ ਉਹ ਕਿਸੇ ਦਾ ਨਹੀਂ ਗੋਤ ਲਿਖਾਇਆ ਹੋਇਆ ਪੜਨਾ ਨਹੀਂ ਆਉਂਦਾ ਕਰਨਾ ਨਹੀਂ ਆਉਂਦਾ ਆਹੋ ਪੜਨਾ ਨਹੀਂ ਆਉਂਦਾ ਮੈਨੂੰ ਐ ਤਾਂ ਖਿਆਲ ਰੱਖਦੀ ਆ ਮੇਰਾ ਦੇਖ ਕੰਚਰਾ ਬਟਨ ਖਰਾਬ ਉਹ ਲਾ ਦੇ ਹੁਣ ਚੱਲ ਫਿਰ ਮੈਨੂੰ ਜਾਣਾ ਤਾਂ ਪਊਗਾ ਹੁਣ ਹਾਂ ਮੈਂ ਮਰ ਜਾ ਹੁਣ ਤੂੰ ਜਾਏਗਾ ਲੈ ਮੇਰਾ ਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਫਿਰ ਨਾਲ ਬਾਗ ਚੱਲ ਸੱਚੀ ਸੱਚੀ ਘਰੇ ਬਹਿ ਜਾ ਚੁੱਪ ਜੀ ਤਾਂ ਕਰਦਾ ਕੀ ਕਰਾਂ ਮਜਬੂਰੀਆਂ ਮਾਰਦੀਆਂ ਦੋ ਦਿਨਾਂ ਬਾਅਦ ਵਗ ਜੀ ਬੈਠ ਲੈ ਕਹਿੰਦੀ ਦੋ ਦਿਨਾਂ ਬਾਅਦ ਵਗ ਜੀ ਬਾਬੂ ਨੇ ਫੋਨ ਕਰਿਆ ਕਹਿੰਦਾ ਛੇਤੀ ਆ ਜਾ ਗੱਡੀ ਭਰੀ ਖੜੀ ਆ ਤੇਰੇ ਮਾਰਾ ਗਾ ਬਾਬੂ ਦੇ ਗੋਲੀ ਫੋਨ ਲਾ ਕੇ ਤਾਂ ਮੈਂ ਲੈ ਮਾਰਦੀ ਗੋਲੀ ਚੱਲ ਵੇ ਉਹੀ ਦਿਮਾਗ ਖਾ ਲਾ ਮੇਰਾ ਘੰਟੇ ਦਾ ਮੈਨੂੰ ਮੈਂ ਕਿਹਾ ਕਿਦਾ ਮਜ਼ਾਕ ਕਰੀ ਜਾਂਦਾ ਲੈ ਕਹਿੰਦੀ ਮਜ਼ਾਕ ਕਰੀ ਜਾਂਦਾ ਪਹਿਲਾਂ ਕਦੇ ਮਜ਼ਾਕ ਕਰਿਆ ਮੈਂ ਕਰ ਤੂੰ ਕਿਹੜਾ ਮੇਰਾ ਜੀਜਾ ਲੱਗਦਾ ਜਿਹੜਾ ਮਜ਼ਾਕ ਕਰੇ ਆਹੋ ਬੈਗ ਲਿਆ ਦੇ ਮੇਰਾ ਕਿੱਥੇ ਧਰਿਆ ਆ ਮੋਰੀਆਂ ਕਿਉਂ ਤੋੜਦੀਆਂ ਮਸਾਂ ਲਵਾਈਆਂ ਨੇ ਚੰਗਾ ਬੈਗ ਲਿਆ ਕੇ ਦਿੰਦੀ ਤੈਨੂੰ ਮਾਰੀ ਜਾਂਦੀ ਉਰੇ ਬੈਠੀ ਜੇ ਕਮਾਈ ਨਹੀਂ ਕਰਾਂਗੇ ਖਾਵਾਂਗੇ ਕਿੱਥੋਂ ਤੇਰੇ ਸ਼ੌਂਕ ਕਿੱਥੋਂ ਪੂਰੇ ਕਰੂੰ ਮੈਂ ਬਾਉਲੀਏ ਲੈ ਸ਼ੌਂਕ ਮੇਰੇ ਇਹਦੇ 'ਚ ਪਾ ਕੇ ਲਿਆਈ ਚੰਗਾ ਬੈਗ 'ਚ ਐਂ ਸ਼ੌਂਕ ਪੈਂਦੇ ਹੁਣ ਫਿਰ ਗੱਲਾਂ ਕਾਹਦੀਆਂ ਨੇ ਐਂ ਨਹੀਂ ਸ਼ੌਂਕ ਪੈਂਦੇ ਇਹ ਤਾਂ ਹੱਡ ਗਾਲਣੇ ਪੈਂਦੇ ਨੇ ਫਿਰ ਸ਼ੌਂਕ ਪੂਰੇ ਹੁੰਦੇ ਨੇ ਬਾਉਲੀਏ ਕੁਛ ਤਾਂ ਤੂੰ ਹੈ ਇੰਨਾ ਕਹਿ ਕੁਛ ਤੇਰੇ ਹੱਡ ਗਲ ਗਏ ਤਾਂ ਫਿਰ ਕੀ ਕਰਾਂਗੇ ਦੇਖੀ ਜਾਊ ਫਿਰ ਇਹਦਾ ਗਾਲਣੇ ਦਾ ਪਾਣੀ ਅੱਧੇ ਗਲ ਗਏ ਅੱਧੇ ਤੂੰ ਗਾਲ ਦੇਂਗੀ ਹਾਏ ਮੈਂ ਮਰ ਜਾ ਮੈਂ ਹੱਡ ਤੇਰੇ ਗਾਲ ਦਾਂਗੀ ਦੱਸ ਚੌੜ ਕਰਦਾ ਗੁੱਸੇ ਨਾ ਹੋਇਆ ਕਰ ਗੁੱਸਾ ਨਾ ਕਰਿਆ ਕਰ ਦੇਖੀ ਕਿ ਮੇਰਾ ਗਲਾਲ ਕਰਿਆ ਮਿੱਟਾਂ ਜਾ ਛੱਡ ਕੇ ਪਰਾਂ ਰਹਿ ਜਾ ਡਰ ਰਹਿ ਜਾ ਤੇਰਾ ਮੇਰਾ ਤਾਂ ਬਥੇਰਾ ਜੀ ਕਰਦਾ ਰਹਿਣ ਨੂੰ ਮੈਂ ਕੀ ਕਰਾਂ ਮਿੱਟਾਂ ਜੀ ਕਰਦਾ ਵੀ ਤੇਰੇ ਲੋਬ ਜਮੀ ਨਾ ਹਿੱਲਾਂ ਹੁਣ ਮਜਬੂਰੀਆਂ ਮਾਰਦੀ ਨੇ ਅੱਜ ਨੌਬਲੀ ਤੈਨੂੰ ਮੈਂ ਕਹਿੰਦੀ ਵੀ ਮੇਰੇ ਗੋਡੇ ਮੋਡੇ ਬੈਠਾ ਰਹਿ ਗੋਡੇ ਮੋਡੇ ਚੱਲ ਠੀਕ ਆ ਮੈਂ ਚੱਲਿਆ ਬਾਏ ਬਾਏ ਚੰਗਾ ਜੀ ਨਹੀਂ ਕਰਦਾ ਵੀ ਛੱਡ ਕੇ ਜਾਵਾਂ ਪਰ ਕੀ ਕਰਾਂ ਮਜਬੂਰੀ ਹੈ ਸਮਝ ਨਹੀਂ ਪੈਣੀ ਹੈ ਚੱਲ ਠੀਕ ਆ ਬਾਏ ਚਮਚਾ ਜਿਹਾ ਦੱਸ ਤੈਨੂੰ ਤਾਂ ਮੇਰੀਆਂ ਫਾਰਮੈਲਿਟੀ ਹੀ ਮਾਰ ਦੇਣੀਆਂ ਨਾ ਕੀ ਗੱਲ ਹਾਂ ਸਾਰੀ ਲੰਘਾਤਾ ਉਹ ਰੱਖ ਨਹੀਂ ਸਕੀ ਦੋ ਦਿਨ ਫਾਰਮੈਲਿਟੀਆਂ ਤਾਂ ਬਥੇਰੀਆਂ ਕੀਤੀਆਂ ਸੀ ਮੈਂ ਵੀ ਤੂੰ ਰਹਿ ਜਾ 10 ਮਿੰਟ ਕਲੋਲਾਂ ਕੀਤੀਆਂ ਤੈਨੂੰ ਵੀ ਤੂੰ ਰਹਿ ਜਾ ਯਾਰ ਮੇਰਾ ਜੀ ਨਹੀਂ ਲੱਗਦਾ ਅੱਛਾ ਫਿਰ ਮੰਨਿਆ ਨਹੀਂ ਟਿੰਡਾ ਜਿਹਾ ਫਿਰ ਉਹ ਕਹਿੰਦਾ ਮੈਂ ਐਮਪੀ ਜਾਣਾ ਮੇਰਾ ਸਰਦਾ ਨਹੀਂ ਲੈ ਕਹਿੰਦਾ ਕਮਾਈ ਕਰਾਂਗਾ ਤਾਂ ਹੀ ਤੇਰੇ ਸ਼ੌਂਕ ਪੂਰੇ ਕਰਾਂਗਾ ਹਾਏ 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 ਕੀ ਬਾਤਾਂ ਨੇ ਨਜ਼ਾਰੇ ਤਾਂ ਤੇਰੇ ਨੇ ਨਾ ਤੇਰੇ ਦੋਏ ਹੱਥਾਂ ਦੇ ਵਿੱਚ ਦੋ ਦੋ ਲੱਡੂ ਨੇ ਸਾਲਾ ਛਾਪਾਂ ਪੈਂਦੀਆਂ ਤਾਂ ਵੀ ਸੀ ਲੱਡੂਆਂ ਦਾ ਕੀ ਕਰਨਾ ਉਹ ਛਾਪਾਂ ਵੀ ਪਵਾ ਦਾਂਗੇ ਬੋਲ ਕਿਹੜੇ ਹੱਥ 'ਚ ਪਵਾਈਏ ਬਣਵਾ ਕੇ ਦੇ ਫਿਰ ਤੂੰ ਛਾਪਾਂ 'ਤੇ ਖੜੀ ਹੈ ਮੈਂ ਤਾਂ ਤੇਰੇ ਪੈਰਾਂ 'ਚ ਝਾਂਜਰਾਂ ਪਾਉਣ ਨੂੰ ਫਿਰਦਾ ਮੈਨੂੰ ਝਾਂਜਰਾਂ ਦਾ ਵੀ ਬਹੁਤ ਸ਼ੌਂਕ ਹੈ ਪਰ ਝਾਂਜਰਾਂ ਪਾਉਣ ਵਾਲਾ ਹੀ ਕੋਈ ਨਹੀਂ ਹੱਦ ਹੈ ਯਾਰ ਕੀ ਗੱਲ ਮੈਨੂੰ ਜਿਉਂਦੇ ਜਾਗਦੇ ਨੂੰ ਮਾਰੀ ਜਾਂਦੀ ਹੈ ਤੂੰ ਪਰ ਕਿੰਨੇ ਸਾਲ ਹੋ ਗਏ ਨੇ ਕਦੇ ਵੀ ਨਹੀਂ ਕੋਈ ਚੀਜ਼ ਗਿਫਟ ਦਿੱਤੀ ਤੁਹਾਨੂੰ ਅੱਛਾ ਮੇਰਾ ਕੋਈ ਮੁੱਲ ਨਹੀਂ ਮੈਂ ਤੇਰੀ ਜ਼ਿੰਦਗੀ ਦੇ ਵਿੱਚ ਐਡਾ ਬੜਾ ਗਿਫਟ ਜੋ ਬਣਿਆ ਯਾਰ ਹੈਗਾ ਫਿਰ ਉਹ ਚੀਜ਼ਾਂ ਅਲੱਗ ਇੱਕ ਮਨ ਦੀ ਖੁਸ਼ੀ ਹੁੰਦੀ ਛੋਟੀਆਂ ਛੋਟੀਆਂ ਡਿਮਾਂਡਾਂ ਹੁੰਦੀਆਂ ਨੇ ਜਿਵੇਂ ਕੋਈ ਬਾਹਲੀਆਂ ਵੱਡੀਆਂ ਨਹੀਂ ਹੁੰਦੀਆਂ ਇਹਦਾ ਮਤਲਬ ਤਾਂ ਇਹ ਹੈ ਕਿ ਤੈਨੂੰ ਚੀਜ਼ਾਂ ਨਾਲ ਪਿਆਰ ਹੈ
ਚੀਜ਼ਾਂ ਨਾਲ ਪਿਆਰ ਹੁੰਦਾ ਤੇ ਅੱਜ ਨੂੰ ਤਾਂ ਤੈਨੂੰ ਬਹੁਤ ਵਾਰੀ ਡਿਮਾਂਡ ਰੱਖੀ ਹੁੰਦੀ। ਐਂ ਤਾਂ ਮੈਨੂੰ ਮਾਣ ਹੈ ਤੇਰੇ ਤੇ, ਮੈਂ ਤਾਂ ਮਸਕਰੀਆਂ ਕਰਦਾ। ਮਸਕਰੀਆਂ ਨਾ ਕਰਿਆ ਕਰੋ, ਸੀਰੀਅਸ ਰਿਹਾ ਕਰੋ ਮੇਰੇ ਨਾਲ। ਅੱਛਾ, ਐਂ ਦੱਸ ਫਿਰ ਕਿੰਨੇ ਦਿਨਾਂ ਵਾਸਤੇ ਗਿਆ? ਮਹੀਨੇ ਵਾਸਤੇ, ਤੇ ਹੁਣ ਆਪਾਂ ਨੂੰ ਮਹੀਨਾ ਮੌਜ ਹੈ। ਮੌਜ ਕਿਹਾ? ਕਹਿੰਦੇ ਘਰ ਵਾਲੇ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ। ਫਿਰ ਐਂ ਕਰ, ਹੁਣ ਆਪਾਂ ਘੁੰਮਣ ਚੱਲੀਏ ਦੋ ਤਿੰਨ ਦਿਨ ਕਿਤੇ ਬਾਹਰ। ਕੀ ਕੱਢਾਂਗੇ ਬਾਹਰ, ਹੁਣ ਤਾਂ ਮੌਕਾ ਹੈ, ਜਦੋਂ ਉਹ ਆ ਗਿਆ ਉਦੋਂ ਜਾ। ਯਾਰ ਹੱਦ ਹੋ ਗਈ ਹੈ, ਬਾਹਰ ਕਿਤੇ ਘੁਮਾ ਫਿਰਾ ਵੀ ਲਿਆ ਕਰੋ, ਉਹ ਤਾਂ ਚੱਲ ਨਹੀਂ ਹੈਗਾ ਇੰਨੇ ਜੋਗਾ। ਦੇਖ ਜੇ ਤੈਨੂੰ ਸਰਦੇ ਹੀ ਨਹੀਂ, ਬਾਹਰ ਆਪਾਂ ਬੈਠੇ ਹਾਂ, ਉਰੀ ਕਢਾ ਦਵਾਂ ਤੇਰੇ ਦੋ ਗੇੜੇ। ਬੋਲ, ਘੁੰਮੀ ਚੱਲੀ ਜਿੰਨਾ ਮਰਜ਼ੀ ਘੁੰਮੀ ਲਈ। ਆਪਾਂ ਉੱਧਰ ਚੱਲੀਏ ਮਨਾਲੀ ਵੱਲ। ਮਨਾਲੀ ਵੱਲ ਚੱਲਾਂਗੇ ਹਲੇ। ਮਨਾਲੀ ਵੱਲ ਤਾਂ ਕੁਛ ਨਾ, ਓਹੋ ਹੋ ਹੋ, ਰੱਬ ਦੇ ਰੰਗ ਹੀ ਹੋਰ ਨੇ। ਜੰਨਤ ਹੈ ਉੱਥੇ, ਜੰਨਤ ਹੈ। ਸਹੀ ਗੱਲ ਹੈ, ਮੈਂ ਜਦੋਂ ਪੜ੍ਹਦੀ ਸੀ ਨਾ, ਟੂਰ ਲੈ ਕੇ ਜਾਂਦੇ ਹੁੰਦੇ ਸੀ ਸਾਡੇ ਉੱਧਰ। ਅੱਛਾ, ਜੇ ਕਿਤੇ ਤੂੰ ਪੜ੍ਹਨਾ ਟਾਈਮ ਤੇ ਮੇਰੇ ਨਾਲ ਹੁੰਦੀ ਨਾ, ਤਾਂ ਗੱਲ ਕੁਛ ਹੋਰ ਹੋਣੀ ਸੀ। ਤੇ ਫਿਰ ਆਪਣਾ ਵਿਆਹ ਹੋਇਆ ਹੁੰਦਾ ਹੁਣ ਦੋਨਾਂ ਦਾ? ਹੋਰ ਯਾਰ, ਤਪਾਇਆ ਹੁੰਦਾ ਪੂਰਾ, ਮੈਂ ਪੂਰਾ ਸੂਲੀ ਤੇ ਚੜਾਇਆ ਹੁੰਦਾ ਹੁਣ। ਓਏ, ਤੇਰੇ ਨਾਲ ਤਾਂ ਮੇਰਾ ਦਿਲ ਮਿਲਿਆ ਹੋਇਆ, ਤੂੰ ਸੂਲੀ ਤੇ ਕਹਿ ਚਾਹੇ ਜਾਨ ਕੱਢ ਲੈ। ਇਹ ਨਾ ਹੁਣ ਦੂਰ ਦੇ ਰਿਸ਼ਤੇ ਨੇ ਤਾਂ ਦਿਲ ਮਿਲਿਆ ਹੋਇਆ, ਜਦੋਂ ਮੈਂ ਤੇਰੇ ਘਰ ਹੁੰਦੀ ਫਿਰ ਬਸ ਗੱਲ ਕੁਛ ਅਲੱਗ ਹੁੰਦੀ। ਦੇਖ, ਜਿੱਥੇ ਪਿਆਰ ਹੁੰਦਾ ਨਾ ਉੱਥੇ ਕੋਈ ਫਰਕ ਨਹੀਂ ਹੁੰਦਾ। ਹੁਣ ਤੇਰੇ ਵਾਲੀ ਲਾ ਲੈ ਉਹ ਚਰਨਾ, ਕਿੰਨਾ ਪਿਆਰ ਕਰਦਾ ਤੈਨੂੰ, ਕਰਦਾ ਨਾ? ਕਰਦਾ ਹੈ, ਪਰ ਕੀ ਕਰਾਂ, ਮੈਨੂੰ ਨਹੀਂ ਆਉਂਦਾ। ਚੱਲ ਚੰਗੀ ਗੱਲ ਹੈ, ਜੇ ਤੈਨੂੰ ਨਹੀਂ ਆਉਂਦਾ, ਜੇ ਤੈਨੂੰ ਉਹਦਾ ਮੋਹ ਨਹੀਂ ਆਉਂਦਾ, ਤਾਂ ਇਹ ਤਾਂ ਤੂੰ ਮੇਰਾ ਮੋਹ ਕਰਦੀ ਹੈ। ਹੈਂ, ਪਿਆਰ ਤਾਂ ਸਾਰਾ ਤੇਰੇ ਵੱਲ ਹੋ ਜਾਂਦਾ। ਵਧੀਆ, ਫਿਰ ਉਹਦੇ ਜੋਗਾ ਬਚਦਾ ਹੀ ਨਹੀਂ ਪਿਆਰ। ਓਏ, ਖਰਚਾ ਪਾਣੀ ਉੱਧਰ ਚਲਾਈ ਚੱਲ ਤੂੰ, ਠੀਕ ਹੈ? ਬੁੱਲੇ ਇੱਥੇ ਵੱਢੀ ਚੱਲਾਂਗੇ ਆਪਾਂ। ਕਹਿੰਦੇ ਮਿਉਂ ਵਾਲੇ ਪਾਸੇ ਤਾਂ ਫਿਰ ਵਿਚਾਰਾ ਚਰਨਾ, ਪਿਆਰ ਵਾਲੇ ਪਾਸੇ ਸ਼ਰਮਾ। ਓਏ, ਤੂੰ ਆ ਕਿੱਥੋਂ ਲਿਆਣੀਆਂ ਯਾਰ ਇਹ ਕਹਾਵਤਾਂ ਜੀਆਂ? ਕਹਾਵਤਾਂ ਤਾਂ ਮੇਰੇ ਖੂਨ ਚ ਨੇ। ਸੱਚੀ ਕਹਿਣਾ, ਸਾਡੇ ਜੱਦ ਚ ਕਹਾਵਤਾਂ ਨੇ। ਕਹਿੰਦੇ ਆਦੜੀਆਂ ਸਜਾਦੜੀਆਂ ਜਾਣ ਸਿਰਾਂ ਦੇ ਨਾਲ, ਇੱਕ ਗੱਲ ਨਾਲ ਦੋ ਪਖਾਣੇ। ਕਦੇ ਕਦੇ ਤਾਂ ਨਾ ਸਿਰ ਉੱਪਰੋਂ ਫਲਾਈ ਕਰਕੇ ਹੀ ਲੰਘ ਜਾਂਦੀਆਂ ਤੇਰੀਆਂ ਗੱਲਾਂ। ਆਦੜੀਆਂ ਸਜਾਦੜੀਆਂ ਜਾਣ ਸਿਰਾਂ ਦੇ ਨਾਲ, ਮਤਲਬ ਕਿ ਜੋ ਵੀ ਖਾਨਦਾਨੀ ਕੰਮ ਹੁੰਦਾ ਨਾ, ਉਹ ਨਾਲ ਹੀ ਜਾਂਦਾ ਮਰਨ ਤੀਕਰ। ਇਹਦਾ ਕੀ ਮਤਲਬ ਸਮਝਾਂ ਮੈਂ? ਸਮਝ ਲਓ ਜੋ ਸਮਝਣਾ। ਚੱਲ ਛੱਡ ਫਿਰ, ਐਂ ਕਰ ਚੱਲੀਏ ਹੁਣ ਆਪਾਂ, ਕਵੇਲਾ ਹੋਈ ਜਾਂਦਾ। ਓ ਯਾਰ, ਆਸ਼ਕਾਂ ਨੂੰ ਚੋਰਾਂ ਨੂੰ ਕਵੇਲੇ ਦਾ ਹੀ ਤਾਂ ਪਾੜ ਹੁੰਦਾ। ਉਹ ਤਾਂ ਠੀਕ ਹੈ, ਵਾਧੂ ਜੇ ਕਿਸੇ ਨੇ ਦੇਖ ਲਏ ਐਵੇਂ ਰੌਲਾ ਪੈ ਜੂਗਾ। ਤਾਂ ਕਰਕੇ ਕਿਵੇਂ ਸਾਈਕਲ ਜੱਲੀ ਖੜਾ ਬੰਦਾ ਜਾ ਕਿੱਥੇ, ਆਪਾਂ ਨੂੰ ਤਾਂ ਦੇਖ ਰਿਹਾ ਉਹ। ਚੱਲ ਮੈਨੂੰ ਲੱਗਦਾ ਕੋਈ ਦੇਖ ਨਾ ਲਵੇ। ਚੱਲ ਠੀਕ ਹੈ, ਮੇਰਾ ਉਹ ਪਰਲੇ ਵਿਹੜਿਆ ਲੈਂਦਾ। ਚੰਗਾ, ਚੱਲ ਠੀਕ ਹੈ, ਮਿਲਦੇ ਹਾਂ ਫਿਰ। ਓਕੇ ਬਾਏ। ਠੀਕ ਹੈ, ਚੱਲ ਲੰਘ ਜਾ ਪਤਲੀ ਗਲੀ ਹੁਣ ਚੁੱਪ ਕਰਕੇ। ਇੰਨਾ ਸੜਿਆ ਬਾਬੂ,
ਮੈਂ ਸਾਰੀ ਜ਼ਿੰਦਗੀ ਜੀ ਨਹੀਂ ਦੇਖਣਾ, ਮੈਂ ਤਾਂ ਸਾਰਾ ਦਿਨ ਬੰਦਾ ਮਰਦਾ, ਨਾਲੇ ਕਿਛ ਕਿਛ ਨਹੀਂ ਮੁਕਦੀ। ਚੰਨ ਕਿੱਧਰੋਂ ਚੜ ਗਿਆ ਅੱਜ ਟਾਈਮ ਨਾਲ ਹੀ? ਹੋ ਬਸ ਪੁੱਛਣਾ ਯਾਰ ਕਿਉਂ, ਨਾਲੇ ਤਾਂ ਇੱਧਰ ਹੋ ਜਾ ਛਾਵੇਂ, ਧੁੱਪੇ ਖੜ ਗਿਆ। ਨਾਲੇ ਤਾਂ ਦਾ ਕਹਣਾ ਸਾਰਾ ਦਿਨ ਮਰਦੇ ਆ, ਨਾਲੇ ਟਾਈਮ ਪੈਸੇ ਨਹੀਂ ਮਿਲਦੇ ਟਾਈਮ ਤੇ। ਕੀ ਹੋ ਗਿਆ, ਕਿਤੋਂ ਖਾ ਖੂ ਕੇ ਤਾਂ ਨਹੀਂ ਆ ਗਿਆ? ਉਹ ਕਾਹਨੂੰ ਖਾ ਕਿਆ, ਸਾਰਾ ਕੁਛ ਸੁਣਤਾ ਲੈ ਪਹਿਲਾਂ, ਮਤਲਬ ਰੂਹ ਹਟ ਗਿਆ, ਨਾਲੇ ਮਤਲਬ ਹੋਰ ਬਾਬੂ ਲਵੇ ਲੱਗ ਗਿਆ, ਇਹਦਾ ਨਾਲ ਤਾਂ MP ਤੱਕ ਭੇਜਦਾ ਤਾ, ਨਾਲੇ ਪੈਸੇ ਪੂਰੇ ਨਹੀਂ ਦਿੰਦਾ। ਹੁਣ ਮੈਂ ਤਾਂ ਉਹ ਬਾਬੂ ਲਵੇ ਲੱਗ ਗਿਆ, ਪਹਿਲਾਂ ਗੱਲ ਖੋਲੀ ਹੈ, ਮੈਂ ਤਾਂ ਨੌਕਲ ਨੌਕਲ ਗੱਡੀ ਚਲਾਇਆ ਕਰੂ, ਉਹ ਕਹਿੰਦਾ ਕੋਈ ਨਹੀਂ ਨਾਲੇ 19 ਪੈਸੇ ਹੀ ਦਿਆ ਕਰੂਗਾ। ਮੈਂ ਠੀਕ ਆ, ਨੌਕਲ ਨੌਕਲ ਗੱਡੀ ਚਲਾਏਗਾ, ਨੌਕਲ ਕਿਹੜਾ, ਇੰਨੇ ਪੈਸੇ ਮਿਲਣਗੇ ਤੈਨੂੰ? ਓਏ 19 ਮਿਲਣਗੇ ਬੋੜੀਏ, ਮੈਂ ਸਾਰੀ ਗੱਲ ਕਰੀ। ਫਿਰ ਵੀ 25,000 ਰੁਪਇਆ ਮਹੀਨਾ ਪੈ ਜਾਂਦਾ ਸੀ। ਉਹ ਵੀ ਕਹਿੰਦਾ ਮੈਂ ਤੈਨੂੰ 25,000 ਰੁਪਇਆ ਦਿਆ ਕਰੂ ਮਹੀਨੇ ਦਾ। ਮੈਂ ਕਿਹਾ ਠੀਕ ਹੈ, ਕਹਿੰਦਾ ਕੋਈ ਲਾਂਬਾ ਨਾ ਆਵੇ। ਮੈਂ ਕਿਹਾ ਬਾਬੂ ਇਹੋ ਜਿਹੀ ਕੋਈ ਗੱਲ ਨਹੀਂ, ਪਹਿਲਾਂ ਵੀ ਇਮਾਨਦਾਰੀ ਨਾਲ ਕੰਮ ਕਰਦਾ ਰਿਹਾ ਉਹਦਾ, ਮੈਂ ਕਿਹਾ ਮੇਰਾ ਜੀ ਉਤਰ ਗਿਆ, ਟਾਈਮ 'ਤੇ ਤਾਂ ਪੈਸੇ ਨਹੀਂ ਦਿੰਦਾ ਉਹ, 100 ਲੋਡ ਰਹਿੰਦੀ ਆ ਬੰਦੇ ਨੂੰ, ਆਹ ਗੱਲ ਹੋਈ ਹੈ। ਨਾਲੇ ਉੱਧਰ ਡਰ ਰਹਿੰਦਾ ਦੀ ਖਬਰ ਕਿਹਦੇ ਨਾਲ, ਹਟ ਕੇ ਆ ਗਿਆ ਤੂੰ? ਹਾਂ ਉੱਧਰ ਪੈ ਗਿਆ ਦੀ ਹੱਥ ਇੱਕ ਨਾਲ, ਮੈਂ ਤਾਂ ਮਸਾਂ ਬਚ ਕੇ ਨਿਕਲ ਕੇ ਆਇਆ, MP ਕਣੀ ਉੱਥੇ ਮਾਰ ਕੇ ਦੱਬਦਾ ਤੇ ਮੈਨੂੰ ਕੌਣ ਪੁੱਛਦਾ ਉੱਥੇ। ਅੱਛਾ ਹੋਰ ਹੁਣ ਤਾਂ ਮੈਂ ਉਰੀਲ ਚਲਾਇਆ ਕਰੂੰਗਾ ਨਜ਼ਾਰਾ, ਨਾਲੇ ਹੱਥ ਆਏ ਨਹੀਂ ਦੁਬਾਰਾ ਰੋਜ਼ ਘਰੇ ਆ ਜਾਇਆ ਕਰਾਂ। ਅੱਛਾ ਚੱਲ ਠੀਕ ਹੈ, ਵਧੀਆ ਫਿਰ। ਨਾਲੇ ਤੂੰ ਦੱਸ ਹੁਣ ਸਿਖਰ ਦੁਪਹਿਰੇ ਕਿੱਧਰ ਚੱਲ ਪਈ? ਮੈਂ ਤਾਂ ਸਮਾਨ ਲਿਆਉਣੀ ਆ ਮਾੜਾ ਜਿਹਾ ਦੁਕਾਨ ਤੋਂ ਫੜ ਕੇ। ਸਮਾਨ ਘਬਰਾਹਟ ਜਿਹੀ ਹੋਈ ਜਾਂਦੀ ਸੀ, ਨਾਲ ਤਾਂ ਠੰਡਾ ਠੁੰਡਾ ਜਿਹਾ ਲੈ ਕੇ ਆਉਣੀ ਆ। ਚੱਲ ਨਾਲੇ ਤੇਰੇ ਵਾਸਤੇ ਲਿਆਉਣੀ ਆ। ਚੱਲ ਕੋਈ ਨਾ, ਛੇਤੀ ਮੁੜਿਆ ਨਾਲੇ। ਚੰਗਾ ਆਹੋ, ਰੋਟੀ ਬਣਾ ਦੀ, ਭੁੱਖ ਲੱਗ ਰਹੀ ਹੈ। ਜਾਂਦੇ ਨੂੰ ਵੀ ਭੁੱਖ, ਆਉਂਦੇ ਨੂੰ ਵੀ ਭੁੱਖ, ਚੱਲ ਮੈਂ ਆ ਕੇ ਦਿੰਦੀ ਹਾਂ ਰੋਟੀ। ਤੈਨੂੰ ਪਤਾ ਘਰੀ ਆ ਕੇ ਢਿੱਡ ਭਰਦਾ, ਢਾਬਿਆਂ ਦੀ ਕਿਹੜੀ ਰੋਟੀ ਹੁੰਦੀ ਹੈਗੀ, ਇਹਦਾ ਇੱਕ ਸਰਦਾ ਨਹੀਂ ਮਜਬੂਰੀ 'ਚ ਖਾਣੀ ਪੈਂਦੀ ਹੈ। ਆਈ ਝਾਕੀ ਜਾਂਗੀ ਬਗ ਜਾ ਛੇਤੀ ਮੁੜੇ। ਹੁਣ ਜੇ ਤੂੰ ਹਿੱਲੇਗਾ ਇੱਥੋਂ ਤਾਂ ਹੀ ਜਾਊਂਗੀ। ਬੜਾ ਸਿਆਪਾ ਬਣਿਆ, ਹੁਣ ਕੀ ਕਰਾਂਗੇ? ਜੱਸੇ ਨੂੰ ਦੱਸਦੀ ਹਾਂ ਵੀ ਇਹ ਤਾਂ ਲੱਗ ਗਿਆ ਪਿੱਪਲ ਆਪਾਂ ਨੂੰ ਇੱਥੇ, ਇਹ ਨਹੀਂ ਹੁਣ ਜਾਂਦਾ। ਮੇਰੇ ਤਾਂ ਪਿੱਸੂ ਪੈ ਗਏ ਵੀ ਇਹ ਤਾਂ ਹੁਣ ਇੱਥੇ ਰਹੂਗਾ। ਚੱਲ ਦੇਖਦੀ ਹਾਂ, ਕਰਦੇ ਹਾਂ ਕੋਈ ਗੱਲ। ਮੇਰੇ ਸਾਲਕਣੇ ਲੈ ਲੈ ਦੇਖ ਲੈ, ਦਿਨ 'ਚ ਵੀ ਭੈਣ ਦਾ ਯਾਰ ਦੰਦੀਆਂ ਵੱਢੀ ਜਾਂਦਾ। ਕੀ ਹੋ ਗਿਆ? ਓਏ ਆ ਗਈ ਤੂੰ, ਲੱਗ ਗਿਆ ਟਾਈਮ ਤੇਰਾ। ਐਂ ਤਾਂ ਪੁੱਛ ਲੈ ਵੀ ਕੀ ਹੈ ਕੀ ਨਹੀਂ। ਕੀ ਹੈ, 9x9 ਤਾਂ ਹੈਗੀ ਹੈ। ਪਹਿਲਾਂ ਐਂ ਦੱਸ, ਹਫ਼ਤਾ ਕਿੱਧਰ ਲੰਘ ਗਈ ਤੈਨੂੰ? ਨਾ ਫੋਨ ਚੱਕਦੀ ਹੈ ਨਾ ਤੂੰ ਮਿਲਣੀ, ਕੀ ਗੱਲ ਬਈ? ਜੀ ਉਤਰ ਗਿਆ, ਉਹ ਡਮਰੂ ਆ ਗਿਆ ਘਰੇ। ਡਮਰੂ ਆ ਗਿਆ? ਹਾਂ, ਨਾਲੇ ਤੂੰ ਤਾਂ ਕਹਿੰਦੀ ਸੀ ਉਹ MP ਗਿਆ। ਉਹ ਲੜ ਲੁੜ ਕੇ ਆ ਗਿਆ ਕਿਸੇ ਨਾਲ, ਉਹ ਤਾਂ ਕੰਮ ਉਹ ਛੱਡ ਆਇਆ, ਉੱਥੋਂ ਨੌਕਰੀ ਛੱਡ ਆਇਆ ਆਪਦੀ, ਕੰਮ ਛੱਡਤੀ ਉਹ ਬਾਬੂ ਨਾਲ ਉਹਨੇ ਉਹਨੇ। ਹੋਰ ਮੈਂ ਤਾਂ ਹੁਣ ਬਾੜੇ ਦੇ ਬਹਾਨੇ ਆਈ ਸੀ ਇੱਧਰ ਨੂੰ ਆ ਗਈ। ਤਾਂ ਯਾਰ ਮਾੜਾ ਕੰਮ ਹੋਇਆ ਜੀ, ਉਹਨੇ ਕੰਮ ਛੱਡਤਾ। ਉੱਥੇ ਲੜਾਈ ਲੜੂਈ ਹੋ ਗਈ ਕਹਿੰਦਾ ਕਿਸੇ ਨਾਲ, ਤੇ ਕੰਮ ਛੱਡ ਕੇ ਆ ਗਿਆ। ਹੁਣ ਘਰੀ ਬੈਠਾ ਰਹਿੰਦਾ? ਤੇ ਹੋਰ, ਘਰੀ ਬੈਠਾ ਰਹਿੰਦਾ। ਤਾਂ ਉਹਨੂੰ ਕਿਹਾ ਨਹੀਂ ਕੁਛ ਮਾੜਾ ਮੋਟਾ? ਕੀ ਕਰਾਂ ਹੁਣ, ਧੱਕੇ ਨਾਲ ਕਿੱਧਰ ਕਰਨਾ ਜਦੋਂ ਹਜੇ ਕਿਤੇ ਕੰਮ ਹੀ ਨਹੀਂ ਹੈਗਾ। ਕੰਮ ਕਿਉਂ ਨਹੀਂ ਹੈਗਾ, ਉਹਦੇ ਗਲ 'ਚ ਅੰਗੂਠਾ ਦੇ, ਉਹਨੂੰ ਕਹਿ ਕਰੇ ਲੱਭ ਕੁਦੇ। ਕਿਹਾ ਏ, ਐਂ ਤਾਂ ਬਥੇਰਾ ਤੈਨੂੰ ਲੱਗਦਾ ਵੀ ਮੈਂ ਕਿਤੇ ਆਰਾਮ ਨਾਲ ਬੈਠਣ ਵਾਲੀ ਹਾਂ ਜਿਨਸ? ਤੈਨੂੰ ਪਤਾ ਮੈਂ ਹਫ਼ਤਾ ਕਿਵੇਂ ਕੱਢਿਆ ਤੇਰੇ ਬਿਨਾਂ? ਮੈਂ ਤਾਂ ਤਰਸ ਗਿਆ ਦੀ, ਜਿਵੇਂ ਪਾਣੀ ਬਿਨਾਂ ਮੱਛੀ ਨਹੀਂ ਤੜਫ ਜਾਂਦੀ, ਐਂ ਤੜਫਿਆ ਪਿਆ ਦੀ। ਚੱਲ ਮੈਨੂੰ ਇੰਨਾ ਪਤਾ ਲੱਗ ਗਿਆ ਵੀ ਹਫ਼ਤਾ ਨਹੀਂ ਨਿਕਲਦਾ ਮੱਛੀ ਵਾਂਗ ਤੜਫ। ਅੱਛਾ, ਹਾਲ ਤੱਕ ਤੈਨੂੰ ਪਤਾ ਨਹੀਂ ਲੱਗਿਆ ਦੀ ਹੈ? ਫਿਰ ਅੱਗੇ 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 ਪਤਾ ਲੱਗਦਾ ਰਹਿੰਦਾ ਨਾ। ਹੁਣ ਤਾਂ ਹੋਰ ਵੀ ਦੱਸ ਦੇ, ਜੇ ਤੈਨੂੰ ਕੁਛ ਪਤਾ ਨਹੀਂ ਗਿਆ ਉਹ ਵੀ ਦੱਸ ਦੇਣਾ। ਛੱਡ ਯਾਰ, ਤੂੰ ਤਾਂ ਵਿੱਚ ਹੀ ਰਹਿ ਗਿਆ, ਬਾਹਰ ਬੋਲ ਜਾਣਾ ਹਨਾ, ਘੁੰਮਣਾ ਫਿਰਨਾ ਵਿੱਚ ਹੀ ਰਹਿ ਗਿਆ। ਬਸ ਤੇਰੀਆਂ ਵੀ ਕੱਚੀਆਂ ਗੱਲਾਂ ਨੇ, ਤੈਨੂੰ ਇਹਨੂੰ ਕਿਹਾ ਨਹੀਂ। ਤੇਰੀਆਂ ਕੱਚੀਆਂ ਗੱਲਾਂ ਕਿਉਂ ਨੇ? ਮੈਂ ਥੋੜੀ ਕਿਹਾ ਵੀ ਤੂੰ ਲੜ ਕੇ ਆ ਜਾ ਇੱਥੋਂ, ਉਹ ਹੈਗੇ ਐਵੇਂ ਦੇ ਡਮਰੂ ਜਿਹਾ।
ਬੋਲਣ ਲੱਗ ਜਾਂਦਾ ਜਿਉਂ ਗਰਾਰੀ ਪਾਉਂਦਾ ਗਾ ਸਪੀਡ ਛੱਡਦਾ ਕੀ ਪਤਾ ਕਿਵੇਂ ਕਾਹਤੋਂ ਕੀ ਲੜਿਆ ਕੀ ਨਹੀਂ ਉਹਨੂੰ ਹੁੰਦਾ ਹੁਣ ਦੱਸ ਮੈਨੂੰ ਐਂ ਲੱਗਦਾ ਕਿਸੇ ਛਿੱਤਰ ਖਾ ਕੇ ਆਇਆ ਉਹ ਜੇ ਖਾ ਕੇ ਆਇਆ ਹੁੰਦਾ ਫਿਰ ਤਾਂ ਵਧੀਆ ਹੀ ਸੀ ਕਿਹੜਾ ਦੱਸ ਜੇ ਤੂੰ ਕਹਿਣੀ ਹੈ ਟਪਾ ਦੇਣੇ ਨੂੰ ਉਹ ਕੁਛ ਨਹੀਂ ਹੁੰਦਾ ਦੱਸ ਪਾਗਲ ਹੈ ਤੂੰ ਪਾਗਲ ਵਾਲੀ ਕੀ ਗੱਲ ਹੈ ਇਹ ਕੰਮ ਨਹੀਂ ਕਰਨਾ ਆਪਾਂ ਕਿਉਂ ਨਹੀਂ ਕਰਨਾ ਮੇਰੀ ਗੱਲ ਸੁਣੋ ਕੁਛ ਨਹੀਂ ਹੁੰਦਾ ਕਿਹੜਾ ਕਿਸੇ ਨੂੰ ਪਤਾ ਲੱਗੂਗਾ ਮੈਂ ਇਹ ਜਿਹਾ ਦਿਮਾਗ ਲਾ ਕੇ ਕੰਮ ਕਰੂੰਗਾ ਨਾ ਛੱਡ ਦੇਣੇ ਗੱਡੀ ਓਏ ਹਟ ਜਾ ਮੇਰਾ ਦਿਲ ਘਬਰਾਉਣ ਲੱਗ ਗਿਆ ਓਏ ਤੇਰਾ ਦਿਲ ਮੇਰੇ ਹੁੰਦੇ ਘਬਰਾਉਣਾ ਹੈ ਨਾ ਨਾ ਇਹੋ ਜਿਹਾ ਕੰਮ ਨਹੀਂ ਕਰਨਾ ਤੈਨੂੰ ਪਤਾ ਹੈ ਨਾ ਇਹੋ ਜਿਹਾ ਕੰਮ ਕਰਕੇ ਨਾ ਲੋਕ ਜਿੱਥੇ ਮਰਜ਼ੀ ਲੁੱਕ ਜਾਣ ਪੁਲਿਸ ਨਹੀਂ ਛੱਡਦੀ ਜੇਲ੍ਹ 'ਚ ਬੈਠੇ ਸੜ ਜਾਵਾਂਗੇ ਕਿਸੇ ਨੇ ਜ਼ਮਾਨਤ ਨਹੀਂ ਕਰਾਉਣੀ ਕਾਂਬਲੀਏ ਜੱਸਾ ਵੀ ਕੱਚੀਆਂ ਗੋਲੀਆਂ ਨਹੀਂ ਖੇਡਦਾ ਨਹੀਂ ਜੱਸੇ ਤੂੰ ਇਹੋ ਜਿਹੀਆਂ ਗੱਲਾਂ ਨਾ ਕਰ ਪਹਿਲਾਂ ਮੇਰੀ ਗੱਲ ਠੰਡੀ ਹੋ ਜਾ ਠੰਡੀ ਹੋ ਜਾ ਧਿਆਨ ਨਾਲ ਕਰ ਸੁਣ ਆਪਾਂ ਨੇ ਇਹਨੂੰ ਥੋੜ੍ਹਾ ਕੁਛ ਪਾ ਕੇ ਮਾਰਨਾ ਹੈ ਜਾਂ ਕੁਛ ਗਲ ਗੁੱਠਾ ਦੇਣਾ ਇਹਦਾ ਆਪਾਂ ਦਿਮਾਗ ਨਾਲ ਮਾਰਾਂਗੇ ਗੱਲ ਸੁਣ ਲੈ ਆਪਾਂ ਇਹ ਕਰਾਂਗੇ ਦੇਖ ਇਹਦੇ ਗੱਡੀ ਦੇ ਮੈਂ ਕਰ ਦੂੰਗਾ ਬ੍ਰੇਕ ਫੇਲ ਜਦੋਂ ਜਾਊਗਾ ਇਹ ਬਸ ਲੋਕਾਂ ਦਾ ਲੱਗੂਗਾ ਵੀ ਐਕਸੀਡੈਂਟ 'ਚ ਮਰ ਗਿਆ ਬਥੇਰੀ ਦੁਨੀਆ ਮਰਦੀ ਹੈ ਜੱਸੇ ਨਹੀਂ ਫਿਰ ਵੀ ਛੱਡ ਤੋਂ ਇਹੋ ਜਿਹਾ ਕੰਮ ਨਹੀਂ ਕਰਨਾ ਆਪਾਂ ਨੇ ਮੈਨੂੰ ਲੱਗਦਾ ਤੂੰ ਮੈਨੂੰ ਪਿਆਰੇ ਨਹੀਂ ਕਰਦੀ ਤਾਂ ਹੀ ਉਹਦੀ ਪੱਖਦਾਰੀ ਜੀ ਕਰੀ ਜਾਂਦੀ ਹੈ ਜਾਂ ਵਗ ਜਾ ਉਹਦੇ ਕੋਲ ਉਰੇ ਕੀ ਕਰਨਾ ਇਹਦੀ ਤੈਨੂੰ ਲੱਗਦਾ ਵੀ ਮੈਂ ਤੈਨੂੰ ਪਿਆਰ ਨਹੀਂ ਕਰਦੀ ਜੇ ਪਿਆਰ ਕਰਦੀ ਹੁੰਦੀ ਹਾਂ ਜੱਸੇ ਨਾ ਫਲਾਣਾ ਧਮਕਾਣਾ ਕੀ ਹੋ ਜੂ ਤੈਨੂੰ ਮੈਂ ਜਦੋਂ ਸਾਫ਼ ਸਾਫ਼ ਦੱਸਦਾ ਵੀ ਐਂ ਕਰ ਲਵਾਂਗੇ ਕੋਈ ਗੱਲ ਨਹੀਂ ਹੁੰਦੀ ਆਪਣੇ 'ਤੇ ਕਰ ਲੈ ਫਿਰ ਤੇਰੀ ਜ਼ਿੰਮੇਵਾਰੀ ਆ ਕੱਲ੍ਹ ਨੂੰ ਮੇਰੇ 'ਤੇ ਨਾ ਕੋਈ ਗੱਲ ਆਵੇ ਜੇ ਤੇਰੇ 'ਤੇ ਗੱਲ ਆਊਗੀ ਨਾ ਜੱਸਾ ਆਪਦੀ ਹਿੱਕ 'ਤੇ ਲਊਗਾ ਉਹ ਗੱਲਾਂ ਬਸ ਤੂੰ ਇਸ ਦਿਨ ਦਾ ਇੰਤਜ਼ਾਰ ਕਰ ਵੀ ਆਪਾਂ ਨੇ ਇਹਨੂੰ ਗੱਡੀ ਕਦੋਂ ਚਾੜਨਾ ਦੇਖ ਲੈ ਤੇਰੀ ਮਰਜ਼ੀ ਆ ਚੱਲ ਠੀਕ ਹੈ ਮਿਲਦੇ ਹਾਂ ਫਿਰ ਵਾਰਦਾਤ ਤੋਂ ਬਾਅਦ ਕੱਢੜੀ ਰਹੀ ਕੀ ਗੱਲ ਪੁੱਤ ਕਿਵੇਂ ਦਾਸ ਜੀ ਬੈਠੀ ਹੈ ਕਿਉਂ ਬੈਠ ਗਈ ਸੀ ਹਾਂ ਜੀ ਜਾਣੀ ਲੱਗਦਾ ਜੀ ਤਾਂ ਕਿੱਥੇ ਲੱਗਦਾ ਪੁੱਤ ਤੈਨੂੰ ਪਤਾ ਹੀ ਹੈਗਾ ਹੁਣ ਆਪਣਾ ਐਡੀ ਕਹਿਰ ਦੀ ਮੌਤ ਹੋ ਗਈ ਫਿਰ ਕਿਵੇਂ ਜੀ ਲੱਗੂਗਾ ਐਂ ਦੱਸ ਪਹਿਲਾਂ ਤੁਹਾਨੂੰ ਜਿਗਰਾ ਮੇਰਾ ਵੀ ਦੇਖ ਮੈਂ ਵੀ ਤਾਂ ਸਬਰ ਕਰੀ ਬੈਠੀ ਹਾਂ ਹੁਣ ਤਾਂ ਪੁੱਤ ਟਾਈਮ ਕੱਢੀਆਂ ਨੇ ਟਾਈਮ ਤਾਂ ਕੱਢਣਾ ਹੀ ਪਊ ਆਪਾਂ ਨੂੰ ਹੁਣ ਤਾਂ ਦਿਨੇ ਰਾਤ ਉਹਦੇ ਖਿਆਲ ਹੀ ਰਹੇਗੇ ਫਿਰ ਹੁਣ ਕਰੀਏ ਕਿ ਰੱਬ ਮੂਹਰੇ ਕੀ ਜ਼ੋਰ ਚੱਲਦਾ ਹੈ ਐਂ ਤਾਂ ਦੱਸ ਦੇ ਮੈਨੂੰ ਉਹਦੇ ਇੱਥੇ ਤੱਕ ਦੀ ਬਸ ਮਿਲਦੀ ਬਸ ਰੋਂਦੇ ਨਹੀਂ ਹੁੰਦੇ ਬਸ ਸੰਗਮ ਤੂੰ ਮੈਨੂੰ ਤਾਂ ਕੀ ਵੀ ਰਹਿਣਾ ਆਪ ਰੋਣ ਬਹਿ ਜਾਂਦੀ ਹੈ ਮੇਰਾ ਕੀ ਲੈ ਐ ਤਾਂ ਦੱਸ ਦੇ ਬਸ ਚੁੱਪ ਕਰ ਜਾ ਬਸ ਬਸ ਰੋਟੀ ਰੋਟੀ ਖਾ ਲਈ ਖਾ ਲਈ ਸੀ ਰੋਟੀ ਤੋਂ ਤੂੰ ਤਾਂ ਮੈਨੂੰ ਤਾਂ ਦੱਸ ਸਕਦੇ ਆ ਕੱਲ੍ਹ ਸੰਗਮ ਦੀ
ਤੂੰ ਆਪੇ ਰੋਣ ਬਹਿ ਜਾਂਦੀ ਆ ਸਹੁਰੀਏ, ਹੈਂ ਕਾਹਦੇ ਪਿੱਛੇ ਰੋਣੀ ਹੈ ਕੀ ਕਰਾਂ ਹੁਣ, ਰੋਣਾ ਹੀ ਪੱਲੇ ਰਹਿ ਗਿਆ। ਓਹੋ ਰੋਣਾ ਤਾਂ ਸਾਰੀ ਜ਼ਿੰਦਗੀ ਹੈ, ਹੁਣੇ ਬਿੰਦੇ ਬਿੰਦੇ ਰੋਣਾ ਤਾਂ ਫਿਰ ਮੈਨੂੰ ਨਿਕਲਦਾ ਆਪਣਾ, ਹੈਂ ਮੈਨੂੰ ਐਂ ਦੱਸ ਹੋਰ ਤਾਂ ਹੋਰ, ਚੱਲ ਉਹ ਤਾਂ ਗਿਆ ਹੁਣ, ਉਹ ਤਾਂ ਮੁੜ ਕੇ ਆਉਣ ਨਹੀਂ ਰਿਹਾ, ਹੈਂ ਤੇਰਾ ਦੂਜਾ ਵਿਆਹ ਕਰਦੀ ਹੈ ਪੁੱਤ। ਨਹੀਂ ਮਾਂ ਮੈਂ ਨਹੀਂ ਕਰਾਉਣਾ। ਐਂ ਕਿਵੇਂ ਨਹੀਂ ਕਰਾਏਂਗੀ, ਸਾਰੀ ਜ਼ਿੰਦਗੀ ਪਈ ਹੈ ਤੇਰੇ, ਹੈਂ ਪਹਾੜ ਵਰਗੀ ਜ਼ਿੰਦਗੀ ਹੈ ਤੇਰੀ, ਹੁਣ ਕਿਵੇਂ ਕੱਢੇਂਗੀ ਤੂੰ, ਐਂ ਨਿਕਲ ਜੂ, ਐਂ ਕਿਵੇਂ ਨਿਕਲ ਜੂਗੇ, ਲੋਕ ਜਿਉਣ ਨਹੀਂ ਦਿੰਦੇ। ਕੋਈ ਨਾ ਮਾਂ, ਕਿਹੜਾ ਲੋਕ ਜਿਉਣ ਦੇਣਗੇ, ਕਹਿਣਗੇ ਲੈ ਮਰੇ ਨੂੰ 6 ਮਹੀਨੇ ਨਹੀਂ ਹੋਏ ਤੇ ਵਿਆਹ ਕਰਾ ਲਿਆ। ਚੱਲ ਉਹ ਤਾਂ ਵੱਖਰੀ ਗੱਲ ਹੈ, ਵਿਆਹ ਕਰਾ ਕੇ ਬੰਦੇ ਨਾਲ ਤਾਂ ਟਾਈਮ ਕੱਢਿਆ ਕਰ ਲੈਂਗੀ, ਹੈਂ ਇਕੱਲੀ ਤਾਂ ਕਿਤੇ ਜਾਣ ਜੋਗਰੀ ਨਹੀਂ, ਕਿਤੇ ਆਉਣ ਜੋਗਰੀ ਨਹੀਂ। ਬਹਿ ਜਾ ਪੁੱਤ, ਬਹਿ ਜਾ, ਲੈ ਮੈਂ ਤੁਹਾਡੇ ਵਾਸਤੇ ਪਾਣੀ ਲਿਆਉਣਾ, ਚਾਹ ਬਣਾ ਕੇ ਲਿਆਉਣੀ ਆ, ਕਰੋ ਗੱਲਾਂ। ਮੈਨੂੰ ਲੱਗਦਾ ਇਹ ਬੁੜੀ ਜੀ ਵੀ ਮੇਰੇ ਤੋਂ ਦੁੱਖ ਦਾਣੇ ਲਊਗੀ। ਤਾਂ ਮੈਨੂੰ ਕਿੱਦਾਂ ਦੀ ਕਹੀ ਜਾਂਦੀ ਹੈ ਵੀ ਤੂੰ ਵਿਆਹ ਕਰਾ ਲੈ, ਵਿਆਹ ਕਰਾ ਲੈ, ਕਿਤੇ ਪਤਾ ਨਹੀਂ ਘਰੋਂ ਕੱਢਣਾ ਚਾਹੁੰਦੀ ਹੈ ਕਿ ਜਾਣ ਕੇ ਦੁੱਖ ਹੀ ਵੰਡਾਉਂਦੀ ਹੈ ਮੇਰਾ। ਦੁੱਖ ਕੀ ਵੰਡਾਉਣਾ ਇਹਨੇ, ਮੈਨੂੰ ਲੱਗਦਾ ਇਹਦੇ ਦਿਮਾਗ 'ਚ ਕੁਛ ਹੋਰ ਚੱਲਦਾ ਹੈ। ਇੱਦੂ ਪਹਿਲਾਂ ਕੀ ਇਹਦੇ ਦਿਮਾਗ 'ਚ ਕੁਛ ਹੋਰ ਚੱਲੇ, ਮੈਂ ਤੈਨੂੰ ਐਂ ਕਹਿਣਾ ਵੀ ਇਹਦਾ ਵੀ ਘੁੱਗਾ ਚਿੱਤ ਕਰ ਦਿੰਦੇ ਆ, ਮੁੰਡਾ ਮੁੰਡਾ ਕਰਦੀ ਰਹਿੰਦੀ ਨਾ ਸਾਰਾ ਦਿਨ, ਆਪਦਾ ਭੇਜ ਦਿੰਦੇ ਆ ਮੁੰਡੇ ਕੋਲੇ, ਘੁੱਗੇ ਚਿੱਤ ਕਰਦੇ ਰਹਿੰਦਾ ਤੂੰ। ਓਏ ਹੋਰ ਰਾਹ ਦੇ ਵਿੱਚ ਰੋੜੇ ਬਣਦੇ ਨੇ ਨਾ ਜਿਹੜੇ, ਦੇਖ ਪਹਿਲਾਂ ਚਰਨਾ ਰੋੜਾ ਬਣਦਾ ਸੀ, ਚੁੱਕ ਕੇ ਪਾਸੇ ਕਰਤਾ, ਹੁਣ ਆ ਬੜੀ ਜੀ ਬਣਦੀ ਹੈ। ਉਹ ਇਹਦਾ ਤਾਂ ਐਕਸੀਡੈਂਟ ਕਰਨ ਦੀ ਵੀ ਲੋੜ ਨਹੀਂ ਪੈਣੀ, ਕਹਿ ਦਾਂਗੇ ਸੁੱਤੀ ਪਈ ਰਹਿ ਗਈ। ਕਿਸੇ ਦਿਨ ਮੇਰਾ ਵੀ ਨਾ ਭੁੱਗਾ ਚਿੱਤ ਕਰਦੀ ਹੈ। ਕੀ ਗੱਲਾਂ ਕਰਦੀਆਂ, ਤੇਰੀ ਖਾਤਰ ਤਾਂ ਮੈਂ ਆਹ ਕਤਲ ਕਰਿਆ ਅਤੇ ਨਾਲੇ ਆ ਬੁੜੀ ਜੀ ਨੂੰ ਮਾਰਨੋਂ ਫਿਰਦਾ, ਤੂੰ ਕਹਿੰਦੀ ਹੈ ਤੇਰਾ ਯਾਰ। ਕੀ ਦੱਸਾਂ ਜਦੋਂ ਦਾ ਚਰਨਾ ਗਿਆ ਨਾ ਸਾਲਾ ਜਹਾਨ ਤੇ ਜੀ ਲੱਗਣੋਂ ਹਟ ਗਿਆ ਮੇਰਾ ਤਾਂ। ਕੀ ਕਰੀਏ ਪੁੱਤ, ਰੱਬ ਮਰੇ ਕੀ ਜ਼ੋਰ ਚੱਲਦਾ ਹੈ, ਉਹੀ ਕਰੀਏ ਕੀ, ਹੈਂ ਉਹੀ ਸਮਝਾਉਣ ਲੱਗ ਰਹੀ ਹਾਂ ਕਿ ਆਪਣੀ ਜ਼ਿੰਦਗੀ ਬਾਰੇ ਸੋਚ, ਮੇਰੀ ਤਾਂ ਚੱਲ ਨਿਕਲ ਜੂ ਟਾਈਮ, ਜੇ ਤੇਰੀ ਨਿਕਲ ਜੂ ਜ਼ਿੰਦਗੀ ਮੇਰੀ ਵੀ ਨਿਕਲ ਜੂ। ਐਂ ਕਿਵੇਂ ਨਿਕਲ ਜੂ ਪੁੱਤ, ਨਾ ਨਾ ਨਹੀਂ ਨਿਕਲਦੀ ਜ਼ਿੰਦਗੀ, ਤੈਨੂੰ ਨਹੀਂ ਛੱਡ ਕੇ ਜਾ ਸਕਦੀ ਇਹ, ਮੈਨੂੰ ਵੀ ਇਹੀ ਗੱਲਾਂ ਸਮਝਾਉਂਦਾ ਸੀ ਵੀ ਦੇਖ ਚੰਗੇ ਬੰਦਿਆਂ ਦੀ ਤਾਂ ਰੱਬ ਨੂੰ ਵੀ ਲੋੜ ਹੁੰਦੀ ਹੈ, ਤੂੰ ਹੌਸਲਾ ਨਾ ਛੱਡਿਆ ਕਰ। ਹੌਸਲਾ ਛੱਡਣਾ ਪੁੱਤ, ਮੈਨੂੰ ਤਾਂ ਫਿਕਰ ਲੱਗੀ ਰਹਿੰਦੀ ਸੀ, ਹੁਣ ਮੈਂ ਦੱਸਾਂ ਦਾ ਕਿਤੇ ਬਾਹਰ ਨਿਕਲਣ ਜੋਗ ਨਹੀਂ ਰਹੀ, ਹੈਂ ਇਹਨੂੰ ਛੱਡ ਕੇ ਮੈਂ ਕਿੱਥੇ ਜਾਵਾਂ, ਨਾ ਇਹ ਮੈਨੂੰ ਛੱਡ ਕੇ ਜਾਵੇ, ਹੁਣ ਅੰਦਰ ਵੜ ਕੇ ਤਾਂ ਟਾਈਮ ਨਿਕਲਦਾ ਨਹੀਂ। ਮੈਂ ਤਾਂ ਦੇਖ ਮੈਂ ਕਿਤੇ ਨਹੀਂ ਜਾਣਾ, ਇੱਥੇ ਹੀ ਰਹਿਣਾ। ਚੱਲ ਪੁੱਤ, ਮੈਂ ਤਾਂ ਸਮਝਾਉਣਾ ਸੀ, ਦੇਖ ਮੈਂ ਤਾਂ ਤੈਨੂੰ ਗੱਲਾਂ ਕਹਿਣੀਆਂ ਤੀਆਂ, ਫਿਰ ਕਹੇਂਗੇ ਵੀ ਬੇਬੇ ਪਤਾ ਨਹੀਂ ਆਪਦੇ ਮਤਲਬ ਨੂੰ।
ਕੀ ਗੱਲ ਆ ਐਡੀ ਛੇਤੀ? ਤੁਸੀਂ ਤਾਂ ਸਮਝੇ ਤੀ ਵੀ ਮੈਂ ਬੁੜੀ ਦੇ ਪੁੱਤ ਨੂੰ ਮਾਰ ਕੇ ਸਾਰਾ ਕੁਝ ਹੜੱਪ ਲਉਂਗੇ, ਹੈਨਾ? ਹੱਦ ਹੋ ਗਈ ਤੁਹਾਡੇ ਕਣੀਓ, ਮੈਂ ਸਭ ਸੁਣ ਲਈਆਂ ਤੁਹਾਡੀਆਂ ਗੱਲਾਂ, ਮੈਂ ਨਹੀਂ ਪਾਗਲ ਨਹੀਂ ਤੀ ਹੈਂ? ਤੁਸੀਂ ਕੀ ਸਮਝ ਰੱਖਿਆ ਤੀ ਮੈਨੂੰ ਵੀ ਉਹੀ ਫਿਰਦੀ ਆ ਇਹ? ਮੈਂ ਦੁਨੀਆਦਾਰੀ ਦੇਖੀ ਆ, ਮੈਂ ਧੁੱਪ ਚ ਵਾਲ ਸਫੇਦ ਕੀਤੇ, ਟਪਕਾ ਤਾ ਨਾ ਮਿੰਟਾਂ ਚ ਦੇਖ ਲੈ। ਆਪਾਂ ਤਾਂ ਮੁੜ ਆਏ, ਰੱਬ ਨੇ ਧੱਕਾ ਦਿੱਤਾ ਸਿੱਟ ਤਾਂ ਥੱਲੇ ਸਾਨੂੰ ਤਾਂ। ਉਹ ਕਹਿੰਦੇ ਹੁੰਦੇ ਨਾ ਕਿ ਸੱਚਾ ਪਿਆਰ ਕਦੇ ਮਰਦਾ ਨਹੀਂ। ਹਾਂ ਵੀ ਦੋਸਤੋ, ਕਿਵੇਂ ਲੱਗੀ ਤੁਹਾਨੂੰ ਸਾਡੀ ਕਹਾਣੀ? ਜੇਕਰ ਕਹਾਣੀ ਘੈਂਟ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਮੰਜੀ ਤੇ ਮਰੇ ਮਰਨ ਸਾਰ ਆ ਗਏ ਸੀ ਦੁਬਾਰੇ। ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਾ ਭੁੱਲਿਓ। ਮਿਲਦੇ ਹਾਂ ਅਗਲੀ ਕਹਾਣੀ 'ਚ। ਧੰਨਵਾਦ। ਥੈਂਕ ਯੂ।